देखो, मैं समझदा कि जो सा जोगिंदर सिंह उग्राहां जी ने कहा है कि जे कांग्रेस पार्टी ने किसानां नूं उन्हां दे नुकसान दा उक्त मुआवजा नहीं दिता ते उन्हां दा भी विरोध बीजेपी दे तरीके नाल ही कीता जाएगा, मैं समझदा कि बिल्कुल जायज़ है, क्योंकि किसानां दे नाल धोखा है जिहड़ा ਉਹ ਇਕੱਲੇ ਬੀਜੇਪੀ ਜਾਂ ਕੇਂਦਰ ਸਰਕਾਰ ਨੇ ਨਹੀਂ ਕੀਤਾ ਹੈਗਾ, ਪੰਜਾਬ ਸਰਕਾਰ ਨੇ, ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਉਸ ਤੋਂ ਵੱਡਾ ਧੋਖਾ ਜਿਹੜਾ ਉਹ ਆਲਰੇਡੀ ਕਿਸਾਨਾਂ ਨਾਲ ਉਹ ਕਰੀ ਬੈਠੇ ਨੇ, ਕਿਉਂਕਿ ਕਿਸਾਨਾਂ ਦੇ ਹਰੇਕ ਤਰੀਕੇ ਦਾ ਕਰਜ਼ਾ ਹੈ ਜਿਹੜਾ, ਚਾਹੇ ਉਹ ਸਰਕਾਰੀ ਬੈਂਕਾਂ ਦਾ ਹੋਵੇ, ਪ੍ਰਾਈਵੇਟ ਦਾ ਹੋਵੇ, ਕਮਰਸ਼ੀਅਲ ਦਾ ਹੋਵੇ, ਇੱਥੋਂ ਤੱਕ ਕਿ ਕੋਆਪਰੇਟਿਵ ਔਰ ਆੜ੍ਹਤੀਆਂ ਦਾ ਵੀ ਕਰਜ਼ੇ ਮਾਫ਼ੀ ਦਾ ਵਾਅਦਾ ਜਿਹੜਾ ਉਹ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀਗਾ, ਜਿਸ ਤੋਂ ਮੁੱਕਰ ਗਈ ਹੈ ਔਰ ਕਾਂਗਰਸ ਪਾਰਟੀ ਔਰ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੀ ਰਾਹ ਪੈਣਾ ਪੈ ਰਿਹਾ ਹੈ। ਇਸੇ ਤਰੀਕੇ ਦੇ ਨਾਲ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀਗਾ, ਜਿਸ ਦੇ ਤਹਿਤ ਮੈਂ ਸਮਝਦਾ ਕਿ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਔਰ ਧੱਕਾ ਹੋ ਚੁੱਕਿਆ ਹੈ। ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ਾ ਉਹਨਾਂ ਦੀ ਫਸਲ ਦਾ ਨੁਕਸਾਨ ਹੋਣ ਦੇ ਉੱਪਰ ਦਿੱਤਾ ਜਾਏਗਾ, ਉਹਦੇ ਉੱਪਰ ਵੀ ਵੱਡੇ ਵੱਡੇ ਵੋਟ ਤਾਂ ਪੰਜਾਬ ਦੇ ਵਿੱਚ ਲੱਗ ਜਾਂਦੇ ਨੇ, ਪਰ ਮੁਆਵਜ਼ਾ ਜਿਹੜਾ ਉਹ ਉਹਨਾਂ ਤੱਕ ਪਹੁੰਚਦਾ ਰਹੇਗਾ। ਸੋ ਮੈਂ ਸਮਝਦਾ ਕਿ ਜਿਹੜੀ ਪਾਰਟੀ, ਜਿਹੜੀ ਸਰਕਾਰ, ਜਿਹੜਾ ਲੀਡਰ ਆਪਦੀ ਕਹੀ ਹੋਈ ਗੱਲ ਦੇ ਉੱਪਰ ਖੜ ਨਹੀਂ ਸਕਦਾ, ਜਿਹੜਾ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰ ਸਕਦਾ ਹੈਗਾ, ਉਸ ਦਾ ਵਿਰੋਧ ਜਾਇਜ਼ ਹੈ, ਜਸਟੀਫਾਈਡ ਹੈ ਔਰ ਇਹ ਹੋਣਾ ਚਾਹੀਦਾ। ਸਿਰਫ ਔਰ ਸਿਰਫ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਆਪਦੀ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੀ ਕਿ ਇਸ ਗੱਲ ਨਾਲ ਕਾਂਗਰਸ ਪਾਰਟੀ ਦੇ ਪਾਪ ਨਹੀਂ ਧੋਤੇ ਜਾਣੇ ਹੈਗੇ ਜੀ ਕਿ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਬਣਾਤੇ। ਬੀਜੇਪੀ ਦੇ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਹੈ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ, ਪੰਜਾਬ ਦਾ ਆਮ ਆਦਮੀ ਮੋਢੇ ਨਾਲ ਮੋਢਾ ਜੋੜ ਕੇ ਜੜ ਰਹੇ ਨਾਲ ਖੜਾ, ਪਰ ਨਾਲ ਹੀ ਕਾਂਗਰਸ ਪਾਰਟੀ ਵੀ ਆਪਦੇ ਵਾਅਦਿਆਂ ਤੋਂ ਮੁਨਕਰ ਨਹੀਂ ਹੋ ਸਕਦੀ ਹੈਗੀ, ਭੱਜ ਨਹੀਂ ਸਕਦੀ ਹੈਗੀ ਔਰ ਜਿਹਨੇ ਆਪਦੇ ਵਾਅਦੇ ਤੋਂ ਮੁਕਰੇ ਹੋਣ ਉਹਨਾਂ ਨੂੰ ਮੈਂ ਸਮਝਦਾ ਕਿ ਸਬਕ ਸਿਖਾਉਣਾ ਬੈਲਟ ਦੇ ਰਾਹੀਂ, ਵੋਟਾਂ ਦੇ ਰਾਹੀਂ ਹਰੇਕ ਵਿਅਕਤੀ ਦਾ, ਹਰੇਕ ਵੋਟਰ ਦਾ ਫਰਜ਼ ਬਣ ਜਾਂਦਾ, ਕਿਉਂਕਿ ਸਿਆਸਤ ਦੇ ਵਿੱਚ, ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੋਣਾ ਚਾਹੀਦਾ, ਚੰਮ ਨਹੀਂ ਪਿਆਰਾ ਹੋਣਾ ਚਾਹੀਦਾ।